अस्सलाम वालेकुम जी दोस्तों, क्या हाल है? ठीक ठाक हो? हरियत है दोस्तों। अज असी प्रैंक कॉल कर रहे हैं जी, एक साडे किराएदार ने उन्हां नाल प्रैंक कॉल कर रहे हैं। शुक्र लाने उन्हां नाल। अस्सलाम वालेकुम। वालेकुम सलाम भाई, इम्तियाज गल कर रहे हो? हां जी हां जी, इम्तियाज गल कर रहे भाजी। चचन जीर दे जेड़े मकाना विच किराएदार हो ही हो ना? हां जी हां जी हां जी, ओही ओही। अच्छा, तुहाडे इत्थे जेड़ा थल्ले वाला पोर्शन है ना? हां जी भाई, ओदे च असी किराएदार हां इस महीने। सैफुल्ला नाम मेरा। फिर तो साढ़े भाई होए, तुसी हुकम करो मेरे भाई। जा हुकम कोई नहीं भाई जी, अर्जी है। हां जी हां जी, के ਤੁਹਾਡੇ ਨਾ ਬੱਚੇ ਖੇਡਦੇ ਨੇ ਤੇ ਬੱਚਿਆਂ ਦੀ ਨਾ ਸ਼ੋਰ ਦੀ ਆਵਾਜ਼ ਬੜੀ ਆਉਂਦੀ ਹੈ। ਅੱਛਾ 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 ਅੱਛਾ। ਜਾ ਉਹ ਬੱਚਿਆਂ ਨੂੰ ਥੋੜਾ ਸਮਝਾਣਾ ਹੈ ਕਿ ਥੱਲੇ ਅਕਸਰ ਸੁੱਤਿਆ ਹੋਈਦਾ ਹੈ, ਬੱਚੇ ਖੇਡਦੇ ਨੇ, ਸ਼ੋਰ ਦੀ ਆਵਾਜ਼ ਆਉਂਦੀ, ਜਾਗ ਆ ਜਾਂਦੀ ਹੈ। ਰਾਤੀ ਭਾਜੀ ਰਾਤੀ? ਰਾਤੀ ਵੀ ਆਉਂਦੀ ਹੈ, ਦਿਹਾੜੀ ਵੀ ਪਿਛਲੇ ਟਾਈਮ ਵੀ ਆਉਂਦੀ ਹੈ, ਰਾਤੀ ਵੀ ਜ਼ਿਆਦਾ ਆਉਂਦੀ ਹੈ। ਪਤਾ ਨਹੀਂ ਬੱਚਿਆਂ ਨੂੰ ਕੀ ਖਿਲਾਉਂਦੇ ਹੋ, ਪਤਾ ਨਹੀਂ। ਨਾਰਾਜ਼ ਨਾਰਾਜ਼ ਨਾ ਹੋ, ਮੈਂ ਸਮਝਾ ਦਿਆਂਗਾ। ਹੋਰ ਭਾਜੀ ਤੁਸੀਂ ਠੀਕ ਹੋ? ਜੀ ਅੱਲਾ ਦਾ ਸ਼ੁਕਰ ਮੈਂ ਠੀਕ ਹਾਂ। ਤੇ ਬਾਕੀ ਨਾ ਤੁਹਾਡੇ ਉੱਤੋਂ ਨਾ ਬਰਤਨਾਂ ਦੀ ਬੜੀ ਆਵਾਜ਼ ਆਉਂਦੀ ਹੈ। बर्तन पता नहीं आंडी पकांदे आईयां, उत्तों पता है छत ते बर्तनां दी आवाज फिर आंदी है ज्यादा। डबल स्टोरी मकान है ना, बर्तन छत ते गिरदा ते यकीन करो कि सारा थल्ले वाला जिहड़ा हाल है ना, उहदे च बड़ा ज्यादा आवाज आंदी है, सुत्या बंदा जाग पैंदा। बर्तन थोड़े ना, बर्तना दा कंट्रोल ताडा थोड़ा जा करियो। ओ मेरे भाई गल सुन, तू कान विच रूप आ के सो जाया कर ना, कई तेनू बच्चे उठा दिंदे ने, कदी तेनू बर्तन उठा दिंदे ने। की कर, प्लास्टर दे कर लो, ऐ कागज दे करने तेरे, तेरे पतले करने तेरे। नहीं नहीं मैं तेनू भाई भाई करन रिहा, तू शिकायत शुरू हो गया। मैं कहा चल नवा बंदा आया, कोई सलाम दुआ करेगा, कोई हाल चाल पुछेगा, मैं पुछ लगा कोई चीज की जरूरत, कोई खाने जाना खाना, पता नहीं जिस तरह रोज आंडे थले नहीं लगी होंगी, इस तरह ना रगड़न दी आवाज आंदी है करसी। हां जी हां जी, ओ ना असी ना ओदे नाल थोड़ा नहीं, थोड़ा वड्डा ओदे नाल हांडी पकांदे आ जी। असी पागल है गए आ, तुसी नवे किराएदार साडे आ गए ना, साडे सिर विच कोई होर चीज मार दियो आ गए। ओ भाई तेरा दिमाग खराब है, तू है कौन, कौन बोल रहा है तू? दस ते सही, तां उत्ते करा दे थोड़ी जा। तू नहीं बोल रहा साडा किराएदार, साडे नाल तू थल्ले आ गया ते असी उत्ते चले गए आ। कदी कुछ ते कदी कुछ कह हटे आ, बजुर्ग नहीं है, दादे री ने जिस टाइम खंघदे ने ना, तो खंघण दी आवाज बड़ी अजीब जी आंदी है। ਇਹਦੇ ਪਿੱਛੇ ਨੌਕਰੀ ਕਿਰਾਏਦਾਰ ਆ ਗਿਆ, ਕਦੀ ਬੱਚਿਆਂ ਦਾ, ਕਦੀ ਭਾਂਡੇ ਦਾ, ਤੇ ਕਦੀ ਕੁਝ ਤੇ ਕਦੀ ਕੁਝ। ਉਹ ਭਾਈ ਹੈਰ ਹੈ, ਤੈਨੂੰ ਹੈ ਕੌਣ, ਕੀ ਉਹ ਕੀ ਦਿਮਾਗ ਖਰਾਬ ਹੋਇਆ? ਸ਼ਾਮ ਦਾ ਟਾਈਮ ਹੋਇਆ, ਉਹ ਭਾਈ ਨੂੰ ਕਿਸੇ ਪਾਸੇ ਲਾ ਲੈਣ ਦੇ, ਨਵੇਂ ਹੀ ਕਿਰਾਏਦਾਰ ਸਾਡੇ। ਤੇ ਤੁਸੀਂ ਜਿਸ ਟਾਈਮ ਭਾਬੀ ਸਾਡੇ ਨਾਲ ਲੜਦੇ ਹੋ ਨਾ, ਲੜਨ ਦੀ ਆਵਾਜ਼ ਤੁਹਾਡੀ, ਮੈਂ ਕਹਿੰਦਾ ਕਿ ਪੂਰਾ ਮਹੱਲਾ ਸ਼ਾਇਦ ਸੁਣਦਾ ਹੈ, ਥੱਲੇ ਤੇ ਬਹੁਤ ਜ਼ਿਆਦਾ ਆਵਾਜ਼ ਆਉਂਦੀ ਹੈ, ਜਿਸ ਤਰ੍ਹਾਂ ਸਾਊਂਡ ਸਿਸਟਮ ਨਹੀਂ ਲੱਗੇ। ਤੇਰੇ ਘਰ ਲੜਦੇ ਆ, ਹਰ ਮੀਆਂ ਬੀਵੀ ਦੀ ਲੜਾਈ ਹੁੰਦੀ ਹੈ, ਹਰ ਪੁੱਤਰ ਦੀ ਪਿਓ ਦੀ ਲੜਾਈ ਹੁੰਦੀ ਹੈ, ਤੇਰੇ ਘਰ ਆ ਕੇ ਲੜੇ ਆ, ਤੇਰੇ ਕੰਨ ਦੇ ਵਿੱਚ ਬੋਲਦੇ ਜਦੋਂ ਅਗਲੇ ਕੰਨ ਜਿਹੜੇ ਕਾਗਜ਼ ਵਰਗੇ ਬਣਾਏ ਤੂੰ। ਨਹੀਂ ਪਤਾ ਕਿਵੇਂ ਲੜਾਈ ਦੀ ਬਹੁਤ ਜ਼ਿਆਦਾ ਆਵਾਜ਼ ਆਉਂਦੀ ਹੈ, ਲੜਾਈ ਤੁਸੀਂ ਆਪਣੇ ਹੱਥ ਤੱਕ ਰੱਖਿਆ ਕਰੋ, ਸਾਡਾ ਨੇ ਗਵਾਂਢੀਆਂ ਨੂੰ ਕਿਉਂ ਡਿਸਟਰਬ ਕਰਦੇ ਜੀ? ਅਸੀਂ ਤਾਂ ਮੂੰਹ ਜੋ ਆਵਾਜ਼ ਨਹੀਂ ਕੱਢਣ ਲੱਗੇ, ਅਸੀਂ ਉਹ ਇਸ਼ਾਰੇ ਨਾਲ ਇੱਕ ਦਿਨ ਕਹਿ ਲਿਆ ਗਾ ਜੋ ਕਹਿਣਾ ਹੋਏਗਾ, ਤੇ ਤੁਹਾਨੂੰ ਗੁੱਸਾ ਚੜਨਾ ਚੜਿਆ ਹੈ ਨਾ। ਉਹ ਮੇਰਾ ਭਾਈ ਤੇਰਾ ਦਿਮਾਗ ਖਰਾਬ ਹੋਇਆ ਹੈ, ਕੌਣ ਤੂੰ, ਕਿੱਥੋਂ ਬੋਲ ਰਿਹਾ? ਮੈਨੂੰ ਮਿਲ, ਮੈਂ ਤੈਨੂੰ ਵੇਖਾਂ ਤੂੰ ਹੈ ਕਿੰਨਾ ਬਦਮਾਸ਼, ਤੈਨੂੰ ਹਰ ਸ਼ਾਇਦ ਤਕਲੀਫ ਹੋ ਗਈ। ਮੈਨੂੰ ਲੱਗਦਾ ਤੂੰ ਨਾ ਜੰਗਲ 'ਚ ਰਹਿ ਕੇ ਆਇਆ ਪਿੱਛੇ, ਤੂੰ ਕਿਸੇ ਫੈਮਿਲੀ 'ਚ ਨਾ ਨਹੀਂ ਰਹਿ ਕੇ ਆਇਆ, ਤੇਰਾ ਇਕੱਲਾ ਹੀ ਮਕਾਨ ਸੀਗਾ, ਕੋਈ 500-500 ਮੀਟਰ ਤੇਰੇ ਨਾਲ ਕੋਈ ਆਸ ਪਾਸ ਹੈ ਨਹੀਂ ਸੀਗਾ, ਤੇ ਤੂੰ ਤਾਂ ਇਹ ਗੱਲਾਂ ਕਰਨ ਡਿਆ। ਤੁਹਾਡੇ ਵੀਡੀਓ ਨਾ ਅੱਜ ਸਵੇਰ ਚਾਹਤ ਫਤਲੀਆਂ ਸਾਹਿਬ ਦੇ ਗਾਣੇ ਦੀ ਬੜੀ ਆਵਾਜ਼ ਆ ਰਹੀ ਸੀ। ਸ਼ਾਬਾਸ਼ ਆਵੋ, ਸਾਡਾ ਬਾਬਾ ਖੰਗਣ ਰਿਹਾ ਸੀ, ਉਹ ਕਿਹੜਾ ਚਾਹਤ ਫਤਿਹ ਵਾਲੀ ਤੇਰੇ ਘਰ ਆ ਗਿਆ ਤੇ ਉਹ ਤੇਰੀ ਮਿਹਰਬਾਨੀ ਟਲ ਜਾ, ਤੇਰੀ ਖੈਰ ਹੋਵੇ। ਅਸੀਂ ਕੋ ਮੁਸੱਲੀ ਮਰਾਸੀ ਆ ਕਿ ਜੇ ਸਾਡੇ ਘਰ ਤੋਂ ਚਾਹਤ ਵਾਲੀ ਦੀ ਆਵਾਜ਼ ਆ ਗਈ, ਹੈ ਕੋ ਗੱਲ ਕਰਨ ਵਾਲੀ? ਗਾਣਾ ਲੱਗਿਆ ਸੀ ਮੇਰਾ ਖਿਆਲ ਹੈ, ਕਮੀਜ਼ ਤੇਰੀ ਕਾਲੀ ਕਦੇ ਲਾ ਲਈ ਕਦੇ ਪਾ ਲਈ, ਇਹ ਗਾਣਾ ਲੱਗਿਆ ਸੀ ਸ਼ਾਇਦ। ਉਹ ਕਮੀਜ਼ ਤੇਰੀ ਕਾਲੀ ਗਾਣਾ ਨਹੀਂ ਲੱਗਾ ਸੀ, ਉਹ ਮੇਰੀ ਕਮੀਜ਼ ਦੀ ਗਈ ਸੀ ਤੁਹਾਡੇ ਘਰ ਦੀ ਸਾਈਡ ਤੇ, ਕਿ ਮੇਰੀ ਬੇਗਮ ਆਵਾਜ਼ ਦੇ ਕਮੀਜ਼ ਚਾਲੀ ਕਮੀਜ਼ ਚਾਲੀ ਕਮੀਜ਼ ਚਾਲੀ ਬੱਚੇ ਨੂੰ ਕਹਿੰਦੀ ਪਈ ਸੀ।
कमीज काली काली पाता विच और तेरा दिमाग से नहीं खराब पागल हो गया तू लगता है तानू चाहत साहब बड़े पसंद ने तुम्हारे फेवरेट सिंगर ने चाहत चूहत किसी ना लगी तेरी मेहरबानी फोन बंद कर तो बंदा कोई काम लगा होता है ठीक है अगो जनाब बाबा जी एनक नहीं सही करा के लाया वो लित्र मारन तैयार हुए ने जो तेनू अपनी मुसीबत नवी पसूड़ी पै गई नवे कट्टा खोल चढ़िया कि जी कोई बच्चे हो गए तो औरत हो गई नाल और कमीज काली ते चिट्टी पाली बिच और तेरी मेहरबानी शाम का टाइम है कोई सानू भी खा कोई लैन दे भुख लगी सारा दिन जलील होके आए हैं तेनू काली चिट्टी कमीज बर्तन सारा कुछ करे इथे ते ढोल ढमाके भी हो गए जो तू करने कल है जा थाने जाके रिपोर्ट जमा करा दे जा नजीर नू कह दे कि तेरे किराएदार ना सारा कुछ आ गया जा रिकॉर्डिंग कर लै अपने मोबाइल से बड़ी ज्यादा आवाज मैं तो सुते जाग पाया लड़ाई सुन के ना तेरी फोन चो आवाज आई ना मेरे जी मेरे बच्चे बल्ला खेलते ना तेरे मुंह ही तुंदे ना जी मेरी बेगम है ना हांडी पकांदी डोई तेरे मुंह ही तुंदे नी मैं कल ना पहले आ रहे सी आंडी दी आवाज आ रही सी डोई दी आंडी च मारन दी उस तो बाद किसी सिरी च पई है पता नहीं तुसी सी या कोई और आवाजा नहीं आनी तेन कोई फरिश्ते दी आवाजा नहीं आनी तेन अल्लाह पाक पूछे यार की हो गया तेन साढ़े पिछे पै गया हत हो गए तू कोई गल करने ली असि आए हाँ बैठे अपने घर मैं हसदा खेल आया बाबा मेरे लड़न डे तो बाबे ने तंग करन डे वे तेरा फोन आ गया पसूड़ी बच्चे किटकट खेलते ने बेगम हांडी पकांदी है कमीज तेरी काली होगी थोड़ी देर बाद तू आखेगा तुहाडे घर मशीन दी आवाज आ निकलदी ने सीटियां मार दी मशीन इनू बंद कर लो उत्ते जा जंगल दी वापस जा थोड़ा टुट जा तेरी मेहरबानी वाडी वी जिहड़ी वाशिंग मशीन है ना चलन डे सी सीटियां दी आवाज थले आ रही सी ओदा पता नहीं रबड़ तुहाडा पवाण वाला है या के चक्कर है हाथे कपड़े धोण वाली है बलावे डंडे सोटे नाल ओह गल सुन जे तो मशीन दा पूर पूरा हुंदा है ना ओदी आवाज ही आंदी है ਉਹ ਮੁੰਡੇ ਨੀ ਸੀਟੀਆਂ ਮਾਰਨ ਦੇ ਹੁੰਦੇ ਕਿ ਮਾਂ ਪੂਰ ਪੂਰਾ ਹੋ ਗਿਆ ਤਾਂ ਸੀਟਾਂ ਮਾਰ ਲਈਏ ਪੰਜਾਬ ਜਾ ਕੇ ਸਿਰ ਖਾ ਮੇਰਾ ਦਿਮਾਗ ਨਾ ਖਰਾਬ ਕਰ ਹੁਣ ਮੈਂ ਤੈਨੂੰ ਦੱਸਦਾ ਪਿਆ ਮੇਰਾ ਦਿਮਾਗ ਇੰਨਾ ਖਰਾਬ ਹੋ ਚੁੱਕਿਆ ਹੁਣ ਮੈਂ ਰੋਟੀ ਖਾਵਾਂ ਨਾ ਖਾਵਾਂ ਮੈਂ ਤੇਰਾ ਸਿਰ ਫਾੜ ਦੇਣਾ ਕੇ ਅੱਛਾ ਦੋਰੇ ਡੰਡਾ ਵਿੱਚ ਕੇ ਵੈਸੇ ਰਗੜਦੇ ਹੋ ਦੋਰੀ ਡੰਡਾ ਮਾਰ ਗਿਆ ਭਾਂਡੇ ਦੇ ਵਿੱਚ ਉਸ ਥੋਮ ਕੁੱਟੀ ਦਾ ਪਿਆਜ਼ ਕੁੱਟੀ ਦੇ ਉਹ ਤੇਰੀ ਮਿਹਰਬਾਨੀ ਟਲ ਜਾ ਮਰਚਾ ਮੁਰਚਾ ਕੁੱਟੀ ਦੀ ਕਟਰ ਕੁੱਟਦੇ ਨੇ ਕਾਲਾ ਲੈ ਹੋਰ ਕੀ ਤੋਂ ਆਪੋ ਕੋਈ ਭੰਗ ਕੁੱਟਦੇ ਆ ਦੇ ਵਿੱਚ ਯਾਰ ਤੂੰ ਯਾਰ ਟਲ ਜਾ ਤੇਰੀ ਮਿਹਰਬਾਨੀ ਬਸ ਔਰ ਫੋਨ ਹੁਣ ਤੂੰ ਗੱਲ ਕੀਤੀ ਨਾ ਤੇ ਮੈਂ ਫੋਨ ਦੇ ਵਿੱਚ ਵੜ ਕੇ ਨਾ ਤੇਰਾ ਗੁਸਰ ਮਾਰ ਦੇਣਾ ਤੇਰਾ ਮੇਰਾ ਦਿਮਾਗ ਖਰਾਬ ਹੋ ਜਾਣਾ ਬੰਦ ਕਰ ਫੋਨ ਬਾਬੇ ਰਾਨੂੰ ਖੰਘ ਦਾ ਸਿਰਪ ਨਹੀਂ ਲੈ ਕੇ ਦਿੰਦੇ ਤੁਸੀਂ ਉਹਨਾਂ ਦੀ ਖੰਘ ਦੀ ਆਵਾਜ਼ ਬਹੁਤ ਜ਼ਿਆਦਾ ਆ ਰਹੀ ਹੁੰਦੀ ਹੈ ਪੂਰਾ ਬਾਬਾ ਹੀ ਭੇਜ ਦੇਣਾ ਤੂੰ ਖੰਘ ਦਾ ਤੂੰ ਖੰਘ ਦਾ ਸਿਰਪ ਲੈ ਜੀ ਲੈ ਕੇ ਦੇ ਦੇ ਜਾ ਜੇ ਤੂੰ ਐਦਾਂ ਹਮਦਰਦ ਬਾਬਿਆਂ ਵਾਲਾ ਦਾ ਜਿਹੜਾ ਸਾਡੇ ਬਸ ਪੈ ਗਿਆ ਐਡੇ ਤੇ ਮੈਨੂੰ ਜ਼ਿੰਦਗੀ 'ਚ ਕਦੇ ਜ਼ਲੀਲ ਨਹੀਂ ਕੀਤਾ ਜਿਹੜਾ ਤੂੰ ਜ਼ਲੀਲ ਟਕਰ ਗਿਆ ਤੂੰ ਹੈ ਕੌਣ ਤੂੰ ਅਸਲ ਤਾਰਫ ਕਰਾ ਮੈਨੂੰ ਹੋਰ ਲੱਗ ਰਿਹਾ ਤੂੰ ਮੈਂ ਸੈਫੁੱਲਾ ਗੱਲ ਕਰ ਰਿਹਾ ਸੀ ਆਪਦਾ ਕਿਰਾਏਦਾਰ ਹੀ ਲੱਗ ਰਿਹਾ ਤੂੰ ਮੈਨੂੰ ਤੂੰ ਮੈਨੂੰ ਹੋਰ ਹੀ ਲੱਗ ਰਿਹਾ ਤੇ ਮੈਂ ਤੂੰ ਹੋਰ ਤੇਰੀ ਆਵਾਜ਼ ਇੱਕ ਵੀ ਨਹੀਂ ਮੈਂ ਤੇਰੀ ਵਿੱਚ ਜਾ ਕੇ ਠੁੱਡਾ ਮਾਰਨਾ ਤੇਰੇ ਦਿਮਾਗ ਖਰਾਬ ਕਰਤਾ ਅੱਛਾ ਜਿਸ ਟਾਈਮ ਤੁਹਾਡੀ ਅਸਲ ਨਾ ਆਟਾ ਜਿਸ ਟਾਈਮ ਗੁੰਦੇ ਹੋ ਨਾ ਤੇ ਝੁੱਜੇ ਦੇ ਕੇ ਵੀ ਹੁੰਦੇ ਹੋ ਹੈ ਉਹਦੀ ਵੀ ਆਵਾਜ਼ ਆਉਂਦੀ ਹੁੰਦੀ ਤੈਨੂੰ ਹੈ ਓਏ ਜਾ ਟਲ ਜਾ ਤੇਰੀ ਮਿਹਰਬਾਨੀ ਕੀ ਹੋ ਗਿਆ ਤੂੰ ਪੂਰੇ ਘਰ ਦਾ ਨਕਸ਼ਾ ਹੀ ਬਣਾ ਕੇ ਸੰਦਾਸ ਸਾਨੂੰ ਕੋਈ ਜਾਟਾ ਗੁਨਿਆ ਕਰੋ ਜਿਹੜਾ ਪ੍ਰਾਤ ਚ ਗਿਣਦੇ ਹੋ ਨਾ ਉਹਦੀ ਬੜੀ ਆਮਦੀ ਆਵਾਜ਼ ਨਾ ਥੱਲੇ ਨਹੀਂ ਨਹੀਂ ਅਸੀਂ ਜ਼ਮੀਨ ਤੇ ਗੁਣ ਲਿਆ ਕਰਾਂਗੇ ਅੱਜ ਤੋਂ ਬਾਅਦ ਨਾ ਅਸੀਂ ਜ਼ਮੀਨ ਤੇ ਆਟਾ ਪਾ ਕੇ ਉਹਨੂੰ ਗੁਣ ਲਿਆ ਕਰਾਂਗੇ ਤੁਹਾਨੂੰ ਖੜਕਣੀ ਤੁਹਾਨੂੰ ਹਿੱਲਣ ਦੀ ਵੀ ਆਵਾਜ਼ ਆਏਗੀ ਅਸੀਂ ਹਿੱਲਣ ਵੀ ਨਹੀਂ ਕਰਾਂਗੇ ਅਸੀਂ ਸਕੂਨ ਨਾਲ ਨਾ ਗੁਣ ਲਿਆ ਕਰਾਂਗੇ ਤੁਹਾਡਾ ਰਾਤੀ ਤਕਰੀਬਨ ਨਾ 12:00 ਦਾ ਟਾਈਮ ਸੀ ਤੇ ਟੁੱਟੀ ਤੁਹਾਡੀ ਖੁੱਲੀ ਸੀ ਉਤੋਂ ਨਾ ਟੂਟੀ ਖੁੱਲੀ ਸੀ ਪਤਾ ਨੀ ਕੋਈ ਰਾਤੀ 12:00 ਨਹਾ ਰਿਹਾ ਸੀ ਜਾਂ ਕੌਣ ਮੇਰੇ ਚਾਰ ਛੋਟੇ ਛੋਟੇ ਬੱਚੇ ਨੇ ਉਹ ਟੂਟੀ ਨੀ ਖੁੱਲੀ ਸੀ ਉਹ ਮੂਤਰਦੇ ਨੇ ਉਹ ਮੰਜੀਆਂ ਦੇ ਮੂਤਰਦੇ ਨੇ ਉਹਦੀ ਆਵਾਜ਼ ਤੈਨੂੰ ਆਉਂਦੀ ਪਈ ਹੈ ਟੂਟੀਆਂ ਕਿਹੜੀਆਂ ਖੁੱਲ ਗਈਆਂ ਰਾਤੀ 12:00 ਸਾਡੀਆਂ ਉਹ ਯਾਰ ਮੈਂ ਛਾਤੇ ਬੈਠਾ ਮੇਰਾ ਦਿਮਾਗ ਖਰਾਬ ਨਾ ਕਰ ਮੈਨੂੰ ਮੱਛਰ ਲੜਨ ਦਿਆ ਇਹ ਨਾ ਮੈਂ ਤੈਨੂੰ ਆ ਕੇ ਡੰਗ ਹੋ ਜਾ ਮਾਰਾਂ ਕਿ ਤੇਰੀ ਧੁਨੀ ਸੋ ਜਾਵੇ ਦਿਮਾਗ ਖਰਾਬ ਕਰ ਬਹਰਾਲ ਨਾ ਅਗੋ ਨੈਕਸਟ ਟਾਈਮ ਕੰਪਲੇਨ ਕਰਨ ਦਾ ਮੌਕਾ ਨਾ ਦਿਓ ਕਿਉਂਕਿ ਚਿਮਸ ਆਏ ਹੋਏ ਹੁੰਦੇ ਨੇ ਜਿਹੜੇ ਦੁਬਾਰਾ ਮੌਕਾ ਨਾ ਦੇਣ ਕਰਦਾ ਜਾਂ ਨਹੀਂ ਕਰਦਾ ਦਿਮਾਗ ਖਰਾਬ ਕਰਨਾ ਕਰ ਫੋਨ ਬੰਦ ਕਰ ਦੂੰ ਬੰਦ ਕਰ ਫੋਨ ਦਿਮਾਗ ਖਰਾਬ ਬੰਦ ਕਰ ਫੋਨ ਪਤਾ ਨਹੀਂ ਕੌਣ ਹੈ ਕੌਣ ਹੈ ਪਤਾ ਨਹੀਂ ਕੌਣ ਹੈ ਚਬਲਿਆ ਜੀ ਨਾਜ਼ਰੀਨ ਇਹ ਸਾਡਾ ਅੱਜ ਦਾ ਪ੍ਰੈਂਕ ਆ ਕਾਲ ਪ੍ਰੈਂਕ ਜਿਹੜਾ ਕਿ ਅਸੀਂ ਆਪਣੇ ਕਿਰਾਏਦਾਰ ਨਾਲ ਕੀਤਾ ਉਮੀਦ ਕਰਨਾ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ ਇਹਦੇ ਨਾਲ ਸਫ਼ਰਾਂ ਨੂੰ ਜੋ ਦਿਓ ਇਜਾਜ਼ਤ
देखते रहो सनशाइन डिजिटल। अल्लाह हाफिज।